ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਉਹ ਆਪਣੇ ਆਪ ਨੂੰ ਟਿੱਬਿਆਂ ਦਾ ਪੁੱਤ ਕਹਿੰਦਾ ਸੀ ਅੱਜ ਲੋਕ ਇਥੋਂ ਕੈਨੇਡਾ ਨੂੰ ਉਡਾਰਿਆਂ ਮਾਰਦੇ ਹੋ ਕੈਨੇਡਾ ਤੋਂ ਵਾਪਸ ਆਇਆ ਸੀ ਉਹਨੇ ਇੱਕ ਸੁਨੇਹਾ ਦਿੱਤਾ ਸੀਗਾ ਕਿ ਆਪਣੇ ਮੁਲਕ 'ਚ ਰਹਿ ਕੇ ਵੀ ਤੁਸੀਂ ਤਰੱਕੀ ਕਰ ਸਕਦੇ ਹੋ ਮੇਰੇ ਬੱਚਾ ਅਮਰੀਕਾ ਰਹਿੰਦੇ ਆ ਮੈਂ ਜਦੋਂ ਵੀ ਉਹਦੇ ਨਾਲ ਫੋਨ ਤੇ ਆਪਣੇ ਗ੍ਰੈਂਡਸਨ ਨਾਲ ਗੱਲ ਕਰਦਾ ਆਪਣੇ ਪੁੱਤਰਿਆਂ ਨਾਲ ਤੇ ਮੈਂ ਪੰਜਾਬੀ 'ਚ ਹੀ ਗੱਲ ਕਰਦਾ ਉਹਨਾਂ ਨਾਲ ਜੇ ਅਸੀਂ ਪੰਜਾਬੀ ਮਾਂ ਬੋਲੀ ਨਾਲ ਜੁੜਾਂਗੇ ਤੇ ਸੇ ਆਪਣੀ ਗੁਰਬਾਣੀ ਨਾਲ ਵੀ ਜੁੜਾਂਗੇ ਗੁਰਬਾਣੀ ਨਾਲ ਜੁੜਾਂਗੇ ਤੇ ਅਸੀਂ ਆਪਣੇ ਵਿਰਸੇ ਨਾਲ ਜੁੜਾਂਗੇ ਆਪਣੀ ਮਾਂ ਬੋਲੀ ਤੇ ਮਾਣ ਕਰਾਂਗੇ ਅਸੀਂ ਪੰਜਾਬ ਚ ਰਹਿ ਰਹੇ ਆ ਅਸੀਂ ਆਪਣਾ ਸਮਾਨ ਵੇਚਣਾ ਤੇ ਮੁੱਠੀ ਮੈਂ ਅੰਗਰੇਜ਼ੀ ਚ ਲਿਖਿਆ ਹੋਊਗਾ ਤੇ ਕਿਸੇ ਨੂੰ ਸਮਝ ਨਹੀਂ ਆਉਣਾ ਵੀ ਕਾਦੀ ਦੁਕਾਨ ਹੈ ਅਸੀਂ ਆਪਣੇ ਆਪ ਨੂੰ ਮਾਡਰਨ ਸਮਝ ਕੇ ਤੇ ਜਿਆਦਾ ਅਸੀਂ ਆਪਣੀ ਮਾਤ ਭਾਸ਼ਾ ਤਾਂ ਛੱਡੋ ਅਸੀਂ ਆਪਣੀ ਜਿਹੜੀ ਸਾਡੀ ਕੌਮੀ ਭਾਸ਼ਾ ਹਿੰਦੀ ਉਹਨੂੰ ਵੀ ਛੱਡਿਆ ਇਦਾਂ ਅੰਗਰੇਜ਼ੀ ਨੂੰ ਅਸੀਂ ਪਰਫੁੱਲਤਾ ਦਿੱਤੀ ਹੋਈ ਹੈ ਅਸੀਂ ਜਿਹੜੀ ਉਹ ਮਾਨਸਿਕ ਗੁਲਾਮੀ ਹੈ ਸਾਡੀ ਅੰਗਰੇਜ਼ਾਂ ਦੀ ਉਹ ਅਸੀਂ ਨਹੀਂ ਛੱਡ ਰਹੇ ਤਾਂ ਜੀਐਨਐ ਕਾਲਜ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਅੱਜ ਕੱਲ ਦੇ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜਨ ਲਈ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਕਾਲਜ ਦੇ ਡਾਇਰੈਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਪਹਿਲੇ ਤਾਂ ਸਰ ਬਹੁਤ-ਬਹੁਤ ਸਵਾਗਤ ਹੈ ਤੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੁਹਾਡਾ ਅੱਜ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਗੁਨਾਨਿਕ ਦੇਵ ਇੰਜੀਨੀਅਰਿੰਗ ਕਾਲਜ ਹਮੇਸ਼ਾ ਹੀ ਲੀਡ ਲੈਂਦਾ ਹੈ ਤੇ ਵਕਫ-ਵਕਫ ਓਕੇਜਨ ਤੇ ਜਿਹੜੇ ਵੀ ਹੁੰਦੇ ਆ ਕੋਈ ਨਾ ਕੋਈ ਸਮਾਗਮ ਕਰਦੇ ਰਹਿੰਦੇ ਆ ਅੱਜ ਵੀ ਡਾਕਟਰ ਸਹਿਜਪਾਲ ਸਿੰਘ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਚ ਜੋ ਸਾਡਾ ਜਿਹੜੇ ਲਾਇਬ੍ਰੇਰੀ ਹੈ ਸਾਡੀ ਸੈਂਟਰਲ ਲਾਇਬ੍ਰੇਰੀ ਉਹਦੇ ਸਟਾਫ ਵੱਲੋਂ ਮੈਡਮ ਸਰندر ਕੌਰ ਦੀ ਅਗਵਾਈ ਚ ਜਿਹੜੀ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਉਹਨੂੰ ਸਮਰਪਿਤ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਗਿਆ ਇਹਦੇ ਵਿੱਚੋਂ ਬਾਰੋਂ ਵੀ ਸਾਡੇ ਮਹਿਮਾਨ ਆਏ ਸਰਜਿੰਦਰ ਸਿੰਘ ਜੀ ਸਾਹਿਬ ਮਜੀਤ ਸਿੰਘ ਵਿਦੇਸ਼ਾਂ ਕੈਨੇਡਾ ਤੋਂ ਆਏ ਇਕ ਉਪਰਤਾ ਗਾਇਕ ਜੋ ਹੈ ਗਰੇਵਾਲ ਉਹਨੇ ਵੀ ਆਪਣੀ ਬਲੰਦ ਆਵਾਜ਼ ਵਿੱਚ ਆਪਣੇ ਸੰਗੀਤਕਾਰੀ ਇਹ ਪੇਸ਼ਕਾਰੀ ਕੀਤੀ ਮੈਡਮ ਸਰੋਜ ਜੋ ਸਾਡੇ ਪ੍ਰਿੰਸੀਪਲ ਰਿਟਾਇਰਡ ਹੈ ਉਹਨਾਂ ਨੇ ਪੰਜਾਬੀ ਮਾਮ ਬੋਲੀ ਬਾਰੇ ਕਾਫੀ ਭਾਪੂਰ ਜਿਹੜਾ ਆਪਣਾ ਪਰਚਾ ਛਪੜਿਆ ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਪੰਜਾਬੀ ਮਾਮ ਬੋਲੀ ਹੈ ਇਹਦੀ ਪਰਫੁੱਲਤਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਦੋਂ ਤੱਕ ਅਸੀਂ ਨੂੰ ਆਪਣੇ ਪਰਿਵਾਰ ਦੀ ਬੋਲੀ ਆਪਣੇ ਵਪਾਰ ਦੀ ਬੋਲੀ ਆਪਣੇ ਰੋਜ਼ਗਾਰ ਦੀ ਬੋਲੀ ਆਪਣੇ ਸਰਕਾਰ ਦੀ ਬੋਲੀ ਨਹੀਂ ਬਣਾਉਂਦੇ ਉਦੋਂ ਤੱਕ ਪੰਜਾਬੀ ਮਾਂ ਬੋਲੀ ਨੂੰ ਅਸੀਂ ਗੱਲਾਂ ਬਾਤਾਂ ਤੱਕ ਹੀ ਸੀਮਤ ਰਹਿ ਜਾਗੇ ਅੱਜ ਵੱਡੇ ਪੱਧਰ ਤੇ ਜਿਹੜਾ ਪੰਜਾਬੀ ਰਾਜਪਾਸ਼ਾ ਐਕਟ 1968 ਚ ਬਣਿਆ ਸੀ ਉਹ 2008 ਦੇ ਵਿੱਚ ਦੁਬਾਰਾ ਉਹਦੇ ਵਿੱਚ ਫੇਰ ਸੋਧਾਂ ਹੋਈਆਂ ਉਹਦੇ ਤਹਿਤ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬੀ ਨੂੰ ਲਾਗੂ ਕਰਨ ਦੇ ਲਈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਉਹ بڑے بڑے ਉਪਰਾਲੇ ਕੀਤੇ ਗਏ ਸਨ ਉਹਨੂੰ ਥਰੂ ਲੈਟਰਨ ਐਂਡ ਸਪਿਰਟ ਉਹਨੂੰ ਸਹੀ ਪਾਵਨਾ ਦੇ ਚੋ ਸੈਕਟਰ ਨੂੰ ਅਗਰ ਲਾਗੂ ਕੀਤਾ ਜਾਵੇ ਤੇ ਮੈਂ ਸਮਝਦਾ ਬਹੁਤ ਵੱਡੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਵੱਡੇ ਪੱਧਰ ਤੇ ਪੰਜਾਬੀ ਟਰਾਂਸਲੇਟਰਸ ਦੀ ਸਾਨੂੰ ਲੋੜ ਪਏਗੀ ਪੰਜਾਬੀ ਦੇ ਜਿਹੜੇ ਸਟੈਨੋਗ੍ਰਾਫਰਸ ਆ ਉਹਨਾਂ ਦੀ ਲੋੜ ਪਏਗੀ ਹੋਰ ਪੰਜਾਬੀ ਦੇ ਵੱਖ-ਵੱਖ ਜਿਹੜੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਗਰ ਅਸੀਂ ਉਸ 2008 ਦੇ ਜਿਹੜਾ ਰਾਜਪਾਚਾ ਐਮੈਂਡਮੈਂਟ ਐਕਟ ਹੈ ਉਹਨੂੰ ਹੀ ਲਾਗੂ ਕਰ ਦਈਏ ਇਹ ਆਪਣੇ ਆਪ ਚ ਹੀ ਬੜੀ ਵੱਡੀ ਪ੍ਰਾਪਤੀ ਹੋਏਗੀ ਤੋਂ ਅੱਜ ਦਾ ਜਿਹੜਾ ਉਪਰਾਲਾ ਮੈਨਸਾਮੀਨੋ ਸੇ ਦੇ ਚਾਵਲ ਇੱਕ ਕਦਮ ਹੈ ਤੇ ਮੈਂ ਸਾਰੇ ਸਮੁੱਚੇ ਗੁਨਾਉ ਤੇਜ ਇੰਜੀਨੀਅਰਿੰਗ ਕਾਲਜ ਦੇ ਸਟਾਫ ਨੂੰ ਨਨਕਾਣਾ ਸਾਹਿਬ ਐਜੂਕੇਸ਼ਨ ਟਰਸਟ ਵੱਲੋਂ ਸਾਡੇ ਪ੍ਰਧਾਨ ਸਾਹਿਬ ਸਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਮੈਂ ਵਧਾਈ ਦੇਣਾ ਕਿ ਉਹਨਾਂ ਨੇ ਅੱਜ ਉਪਰਾਲਾ ਕੀਤਾ ਨਾਲ ਹੀ ਅੱਜ ਜਿਹੜਾ ਕਿਉਂਕਿ ਅਸੀਂ ਜੈਤੋ ਦੇ ਮੋਰਚੇ ਦੀ ਅਸੀਂ ਸ਼ਤਾਬਦੀ ਅੱਜ ਮਨਾ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੈਤੋ ਗੰਗਸਰ ਜੈਤੋ ਵਿਖੇ ਬਹੁਤ ਵੱਡਾ ਇੱਕ ਸਮਾਗਮ ਚੱਲ ਰਿਹਾ ਹੈ ਇਸ ਟਾਈਮ ਉਹਨੂੰ ਵੀ ਅਸੀਂ ਅੱਜ ਯਾਦ ਕੀਤਾ ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਨਮਨ ਕੀਤਾ ਨਨਕਾਣਾ ਸਾਹਿਬ ਦਾ ਜਿਹੜਾ ਸਾਖਾ ਸੀ ਉਹ ਵੀ ਉਹਦੇ ਵੀ ਸ਼ਤਾਬਦੀ ਅਸੀਂ ਮਨਾਈ ਹੈ 2 ਸਾਲ ਪਹਿਲਾਂ ਉਹਦਾ ਵੀ ਅੱਜ ਦਿਵਸ ਹੈ ਉਹਨੂੰ ਵੀ ਅਸੀਂ ਅੱਜ ਸਾਰੇ ਸ਼ਹੀਦਾਂ ਨਾਲ ਅੱਜ ਅਸੀਂ ਇਸ ਮੌਕੇ ਤੇ ਯਾਦ ਕੀਤਾ ਤਾਂ ਤੁਹਾਨੂੰ ਕੀ ਲੱਗਦਾ ਹੈ ਮਾਂ ਬੋਲੀ ਕਿੱਥੇ ਗਵਾਚ ਰਹੀ ਹੈ ਇਹਦਾ ਕੀ ਕਾਰਨ ਹੈ ਮੈਂ ਜਿਉਂ ਤੋਂ ਪਹਿਲਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਪਰਿਵਾਰ ਦੇ ਵਿੱਚ ਸਾਨੂੰ ਆਪਣੀ ਇਸ ਮਾਂ ਬੋਲੀ ਨੂੰ ਪਰਫੁੱਲਤ ਕਰਨ ਦੀ ਲੋੜ ਹੈ ਅਸੀਂ ਆਪਣੇ ਬੱਚਿਆਂ ਦੇ ਨਾਲ ਬਹੁਤ ਬਹੁਤ ਪੰਜਾਬੀ ਚ ਗੱਲ ਕਰੀਏ ਮੇਰੇ ਬੱਚਾ ਅਮਰੀਕਾ ਰਹਿੰਦੇ ਆ ਜਦੋਂ ਵੀ ਉਹਦੇ ਨਾਲ ਫੋਨ ਤੇ ਆਪਣੇ ਗ੍ਰੈਂਡਸਨ ਨਾਲ ਗੱਲ ਕਰਦਾ ਆਪਣੇ ਪੁੱਤਰਿਆਂ ਨਾਲ ਤੇ ਮੈਂ ਪੰਜਾਬੀ ਚ ਗੱਲ ਕਰਦਾ ਉਹਨਾਂ ਨਾਲ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਪੰਜਾਬੀ ਚ ਮੈਨੂੰ ਬੜੀ ਖੁਸ਼ੀ ਹੋਈ ਜਦੋਂ 2 ਸਾਲ ਪਹਿਲਾਂ ਉਹਨੂੰ ਸੀਸਕੂਲ ਚ ਦਾਖਲ ਕਰਾਉਣਾ ਸੀ ਵੱਡੇ ਪੁੱਤਰੇ ਨੂੰ ਤੇ ਉਹਨਾਂ ਨੇ ਉੱਥੇ ਜਿਹੜਾ ਉਹਦਾ ਪ੍ਰੋਸਪੈਕਟਸ ਮੈਂ ਪੜਿਆ ਸਕੂਲ ਦਾ ਉੱਤੇ ਲਿਖਿਆ ਸੀ ਅਸੀਂ ਪੰਜਾਬੀ ਚ ਵੀ ਇੰਟਰੈਕਟ ਕਰਦੇ ਆ ਮੈਂ ਬੜੀ ਖੁਸ਼ੀ ਹੋਈ ਵੀ ਉਹਨਾਂ ਨੂੰ ਉਹਨਾਂ ਨੇ ਦੇਖਿਆ ਕਿ ਤੇ ਪੰਜਾਬੀ ਕਮਿਊਨਿਟੀ ਰਹਿ ਰਹੀ ਹੈ ਬਹੁਤ ਜ਼ਿਆਦਾ ਸ਼ਿਕਾਗੋ ਚ ਤੇ ਉਹਨਾਂ ਨੇ ਉਹਨਾਂ ਨੂੰ ਸਹਿਜ ਮਹਿਸੂਸ ਕਰਾਉਣ ਲਈ ਪੰਜਾਬੀ ਵਿੱਚ ਵੀ ਅਗਰ ਤੁਸੀਂ ਮਾਪਿਓ ਜਾ ਕੇ ਪੰਜਾਬੀ ਦੀ ਗੱਲ ਕਰਨਗੇ ਤੇ ਉਹਨੂੰ ਅਨਕਰੇਜ ਕਰਦੇ ਸੀ ਇਹ ਆਪਣੇ ਆਪ ਦੀ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਅਸੀਂ ਉਹਨ ਆਪਣੀ ਪਰਿਵਾਰ ਦੀ ਭਾਸ਼ਾ ਬਣਾਵਾਂਗੇ ਫਿਰ ਆਪਣੇ ਆਪ ਹੀ ਇਹ ਅਸੀਂ ਪਰਪੂਲਤ ਹੋਵਾਂਗੇ ਸਾਨੂੰ ਇਹ ਤੇ ਮਾਣ ਹੋਏਗਾ ਸਾਡੀ ਗੁਰੂਆਂ ਦੀ ਬੋਲੀ ਹੈ ਗੁਰਮੁਖੀ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਦਿੱਤੀ ਸੀ ਦੀ ਸਕ੍ਰਿਪਟ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਹੈ ਸਾਰਾ ਇਸੇ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਗੁਰਮੁਖ ਦੇ ਵਿੱਚ ਤੇ ਜੇ ਅਸੀਂ ਪੰਜਾਬੀ ਮਾਂ ਬੋਲੀ ਨਾਲ ਜੁੜਾਂਗੇ ਤੇ ਅਸੀਂ ਆਪਣੀ ਗੁਰਬਾਣੀ ਨਾਲ ਵੀ ਜੁੜਾਂਗੇ ਗੁਰਬਾਣੀ ਨਾਲ ਜੁੜਾਂਗੇ ਤੇ ਅਸੀਂ ਆਪਣੀ ਵਿਰਸੇ ਨਾਲ ਜੁੜੇ ਰਾਵਾਂਗੇ ਤਾਂ ਅੱਜ ਕੱਲ ਸਾਈਨ ਬੋਰਡਸ ਵੀ ਗਵਰਨਮੈਂਟ ਨਹੀਂ ਕਰਤਾ ਕਿ ਪੰਜਾਬੀ 'ਚ ਲਿਖੇ ਜਾਣਗੇ ਵਿਦੇਸ਼ਾਂ ਵਿੱਚ ਵੀ ਇਵਨ ਕਿ ਲਿਖੇ ਜਾ ਰਹੇ ਪੰਜਾਬੀ ਵਿੱਚ ਤਾਂ ਕਿਤੇ ਨਾ ਕਿਤੇ ਲੱਗਦਾ ਜਿਹੜੇ ਵੀ ਦੇਸ਼ਾਂ ਵਿੱਚ ਲੋਕੀ ਸਾਈਨ ਬੋਰਡਸ ਜੇ ਪੰਜਾਬੀ 'ਚ ਲਗਾ ਰਿਹਾ ਹੈ ਇੱਥੇ ਮੈਨੂੰ ਲੱਗਦਾ ਕਿ ਲੋਕੀ ਕੁਝ ਚੀਜ਼ਾਂ ਕਰਨ 'ਚ ਸ਼ਰਮਗਾਰ ਜਾਂਦੇ ਆ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਕੁਝ ਇਹ ਆਪਣੀ ਮਾਂ ਬੋਲੀ ਤੇ ਮਾਣ ਕਰਾਂਗੇ ਅਸੀਂ ਪੰਜਾਬ 'ਚ ਰਹਿ ਰਹੇ ਆ ਅਸੀਂ ਆਪਣਾ ਸਮਾਨ ਵੇਚਣਾ ਤੇ ਤੁਸੀਂ ਮੈਂ ਅੰਗਰੇਜ਼ੀ ਚ ਲਿਖਿਆ ਹੋਊਗਾ ਤੇ ਕਿਸੇ ਨੂੰ ਸਮਝ ਨਹੀਂ ਆਉਣਾ ਵੀ ਕਾਦੀ ਦੁਕਾਨ ਹੈ ਜਦੋਂ ਤੁਸੀਂ ਬਹੁਤੇ ਪੰਜਾਬੀ ਬੋਲਣ ਵਾਲੇ ਪੰਜਾਬੀ ਪੜ੍ਹਨ ਵਾਲੇ ਆ ਮੈਂ ਦੇਖੋ ਅਸੀਂ ਤੁਸੀਂ ਦੂਰ ਕਿਉਂ ਜਾਂਦੇ ਹੋ ਬਾਹਰਲੇ ਮੁਲਕਾਂ ਦੀ ਗੱਲ ਨਾ ਕਰੀਏ ਤੁਸੀਂ ਸਾਊਥ ਵੀ ਚਲੇ ਜਾਓ ਕਰਨਾਟਕਾ ਚਲੇ ਜਾਓ ਮੇਰੀ ਬੇਟੀ ਬੰਗਲੌਰ ਹੈ ਮੈਂ ਜਾਂਦਾ ਰਹਿਣਾ ਉੱਥੇ ਮੈਨੂੰ ਕੋਈ ਦੁਕਾਨ ਦਾ ਬੋਰਡ ਇਹ ਤੁਸੀਂ ਹਿੰਦੀ ਤਾਂ ਛੱਡ ਦੋ ਹੋਰ ਛੱਡ ਦੋ ਅੰਗਰੇਜ਼ੀ ਚ ਨਹੀਂ ਮਿਲਦਾ ਸਿਰਫ ਕੰਨੜ ਭਾਸ਼ਾ ਚ ਉੱਥੇ ਜਾਣਗੇ ਤਾਮਿਲਨਾਡੂ ਜਾਈਦੇ ਤੇ ਤਾਮਿਲ ਭਾਸ਼ਾ ਦੇ ਵਿੱਚ ਤੁਹਾਨੂੰ ਸਾਰੀਆਂ ਦੁਕਾਨਾਂ ਦੇ ਇਨ ਬਲੌਕ ਮੁਲਕੇ ਸવાય ਕੁਝ ਮਲਟੀਨੈਸ਼ਨਲ ਕੰਪਨੀਆਂ ਦੇ ਜਿਹੜੇ ਦਫ਼ਤਰਾਂ ਦੇ ਉਹ ਅੰਗਰੇਜ਼ੀ ਚ ਲਿਖੇ ਮਿਲਣਗੇ ਨੀ ਤਾਂ ਸਾਰੀਆਂ ਜਿੰਨੀਆਂ ਦੁਕਾਨਾਂ ਦੇ ਬੋਰਡ ਆ ਉਹ ਆਪਣੀ ਉਥੋਂ ਦੀ ਮਾਤ ਭਾਸ਼ਾ ਦੇ ਵਿੱਚ ਬੰਗਾਲ ਚਲੇ ਜਾਓ ਬੰਗਾਲ ਦੇ ਵਿੱਚ ਤੁਹਾਨੂੰ ਬੰਗਾਲੀ ਜਿਹੜੀ ਭਾਸ਼ਾ ਹੈ ਉਹਦੇ ਚ ਤੁਹਾਨੂੰ ਬੋਰਡ ਮਿਲਣਗੇ ਇਹ ਪੰਜਾਬ ਵਿੱਚ ਹੀ ਸਾਨੂੰ ਇੱਕ ਪਤਾ ਨਹੀਂ ਕੀ ਅਸੀਂ ਆਪਣੇ ਆਪ ਨੂੰ ਮਾਡਰਨ ਸਮਝ ਕੇ ਤੇ ਜਿਆਦਾ ਅਸੀਂ ਆਪਣੀ ਮਾਤ ਭਾਸ਼ਾ ਤਾਂ ਛੱਡੋ ਅਸੀਂ ਆਪਣੀ ਜਿਹੜੀ ਸਾਡੀ ਕੌਮੀ ਭਾਸ਼ਾ ਹਿੰਦੀ ਉਹਨੂੰ ਵੀ ਛੱਡਿਆ ਐ ਇਦਾਂ ਅੰਗਰੇਜ਼ੀ ਨੂੰ ਅਸੀਂ ਪਰਫੁੱਲਤਾ ਦਿੱਤੀ ਹੋਈ ਐ ਅਸੀਂ ਜਿਹੜੀ ਉਹ ਮਾਨਸਿਕ ਗੁਲਾਮੀ ਐ ਸਾਡੀ ਅੰਗਰੇਜ਼ਾਂ ਦੀ ਉਹ ਅਸੀਂ ਨਹੀਂ ਦੀ ਲੋੜ ਹੈ ਤੇ ਸਾਨੂੰ ਜਦੋਂ ਅਸੀਂ ਆਪਣਾ ਸਮਾਨ ਵੇਚਣਾ ਹੈ ਤੇ ਜਿਹੜੇ ਜਿੰਨਾਂ ਲੋਕਾਂ ਨੂੰ ਵੇਚਣਾ ਹੈ ਉਹਨਾਂ ਦੀ ਭਾਸ਼ਾ 'ਚ ਅਸੀਂ ਗੱਲ ਕਰੀਏ ਤੇ ਜਿਆਦਾ ਵਧੀਆ ਰਹੇਗਾ ਤਾਂ ਕਿਤੇ ਨਾ ਕਿਤੇ ਸਿੱਧੂ ਇੱਥੋਂ ਪੜ ਕੇ ਗਿਆ ਸੀ ਤੇ ਉਹ ਵੀ ਆਪਣੇ ਗਿੱਤਾਂ ਵਿੱਚ ਪੰਜਾਬੀ ਨੂੰ ਬਹੁਤ ਇਮਤਿਆਦਿੰਦਾ ਸੀ ਤਾਂ ਕਿਤੇ ਅਧਿਆਪਕ ਦਾ ਹੁੰਦਾ ਹੈ ਰੋਲ ਬੱਚੇ ਨਾਲ ਇੰਟਰੈਕਟ ਕਰਨ ਵਿੱਚ ਪੰਜਾਬੀ ਵਿੱਚ ਜਾਂ ਅੰਗਰੇਜ਼ੀ ਵਿੱਚ ਜੋ ਅਧਿਆਪਕ ਬੱਚੇ ਨੂੰ ਦੱਸਣਗੇ ਉਹੀ ਅੱਗੋ ਉਹ ਪ੍ਰਮੋਟ ਕਰੇਗਾ ਬਹੁਤ ਵੱਡਾ ਰੋਲ ਹੁੰਦਾ ਜਿਹੜੇ ਆਪਕ ਦਾ ਦੇਖੋ ਮੈਂ ਹਮੇਸ਼ਾ ਗੱਲ ਕਹਿੰਦਾ ਹੁੰਦਾ ਕਿ ਤਿੰਨ ਸੰਸਥਾਵਾਂ ਜਿਹਦੇ ਤੋਂ ਬੱਚੇ ਨੇ ਸਿੱਧ ਲੈਣੀ ਹੈ ਸਭ ਤੋਂ ਪਹਿਲੀ ਸੰਸਥਾ ਮਾਪੇ ਹੈ ਪੇਰੈਂਟਸ ਦੂਜੀ ਸੰਸਥਾ ਹੈਗੀ ਸਾਡੇ ਐਜੂਕੇਸ਼ਨਲ ਅਧਾਰੇ ਤੀਜੀ ਸੰਸਥਾ ਸਾਡੇ ਧਾਰਮਿਕ ਸਥਾਨ ਹੈ ਇਹ ਜਿਹੜਾ ਐਜੂਕੇਸ਼ਨਲ ਅੰਦਾਰਿਆ ਦਾ ਇੱਕ ਟੀਚਰ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਬੱਚਾ ਆਪਣੇ ਹੋ ਸਕਦਾ ਘਰ ਚੋਂ ਨਾ ਸਿੱਖੇ ਉਹ ਟੀਚਰ ਦੇ ਪ੍ਰਭਾਵ ਥਲੇ ਜ਼ਰੂਰ ਸਿੱਖਦਾ ਹੈ ਸੋ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਉਹ ਆਪਣੇ ਆਪ ਨੂੰ ਟਿੱਬਿਆਂ ਦਾ ਪੁੱਤ ਕਹਿੰਦਾ ਸੀ ਅੱਜ ਲੋਕ ਇਥੋਂ ਕੈਨੇਡਾ ਨੂੰ ਉਡਾਰੀਆਂ ਮਾਰਦੇ ਹੋ ਕੈਨੇਡਾ ਤੋਂ ਵਾਪਸ ਆਇਆ ਸੀ ਤੇ ਆ ਕੇ ਉਹ ਪਿੰਡ 'ਚ ਆਪਣੀ ਖੇਤੀ ਵੀ ਕਰਦਾ ਸੀ ਆਪਣਾ ਟਰੈਕਟਰ ਵੀ ਆਪ ਚਲਾਉਂਦਾ ਸੀ ਸਾਰਾ ਕੁਝ ਕਰਦਾ ਸੀ ਉਹ ਉਹਨੇ ਇੱਕ ਸੁਨੇਹਾ ਦਿੱਤਾ ਸੀਗਾ ਕਿ ਆਪਣੇ ਮੁਲਕ ਚ ਰਹਿ ਕੇ ਵੀ ਤੁਸੀਂ ਤਰੱਕੀ ਕਰ ਸਕਦੇ ਹੋ ਇਹ ਬਹੁਤ ਵੱਡਾ ਉਹਨੇ ਇੱਕ ਮੈਸੇਜ ਫਿਰ ਉਹਨੇ ਆਪਣੇ ਦਸਤਾਰ ਨੂੰ ਬੜਾ ਪ੍ਰਾਈਡ ਦਿੱਤਾ ਦੁਨੀਆ ਦੀ ਉਹਨਾਂ ਸਟੇਜਾਂ ਤੇ ਉਹਨੇ ਗਾਇਆ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਉਹਨਾਂ ਨੇ ਆਪਣੇ ਉੱਤੇ ਜਾ ਕੇ ਆਪਣੀ ਉਹਨੇ ਜੀੜੀ ਪੇਸ਼ਕਾਰੀ ਦਿੱਤੀ ਇਹ ਆਪਣੇ ਆਪ ਚ ਮਾਣ ਹੈ ਸਾਨੂੰ ਵੀ ਮਾਣ ਹੁੰਦਾ ਸਾਡੇ ਇਸ ਕਾਲਜ ਦਾ ਪੜਿਆ ਨੌਜਵਾਨ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡੀਆਂ ਬੁਲੰਦੀਆਂ ਚੋਂ ਕਿ ਸਾਤੋਂ ਉਹ ਭਾਵੇਂ ਵਿਛੜ ਗਿਆ ਪਰ ਲੋਕ ਮਨਾ ਚੱਜ ਵੀ ਹੋ ਜਿੰਦਾ ਹੈ ਬਹੁਤ ਬਹੁਤ ਸ਼ੁਕਰ ਹੈ ਸਰ ਉਹ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਾਲਜ ਵੱਲੋਂ ਤਾਂ ਤੁਹਾਨੂੰ ਵੀ ਇਹ ਕਵਾਂਗੇ ਕਿ ਆਪਣੀ ਮਾਂ ਬੋਲੀ ਨਾਲ ਜੁੜੋ ਆਪਣੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਤੇ ਹੁਣ ਨਵੇਂ-ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਪ੍ਰਤ ਗੌਰ